ਹੇਮਕੁੰਡ ਸਾਹਿਬ ਤੇ ਬਦਰੀਨਾਥ ਧਾਮ ਜਾਣ ਦਾ ਰਾਹ ਢਹਿ ਰਿਹਾ ਹੈ। ਮਿੱਟੀ ਖਿਸਕ ਰਹੀ ਹੈ, ਲੋਕਾਂ ਦੇ ਘਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ। ਇਹ ਸਾਰੀ ਜਾਣਕਾਰੀ ਸਾਹਮਣੇ ਆ ਰਹੀ ਹੈ ਉੱਤਰਾਖੰਡ ਤੋਂ। ਉੱਤਰਾਖੰਡ ਦੇ ਵਿੱਚ ਹੈ ਜੋਸ਼ੀ ਮੱਠ, ਜਿਸ ਨੂੰ ਕਿ ਇੱਕ ਮੁੱਖ ਰਾਹ ਮੰਨਿਆ ਜਾਂਦਾ ਹੈ ਜਦ ਹੇਮਕੁੰਡ ਸਾਹਿਬ ਪਹੁੰਚਣਾ ਹੋਵੇ ਜਾਂ ਫਿਰ ਪਹੁੰਚਣਾ ਹੋਵੇ ਬਦਰੀਨਾਥ ਧਾਮ। ਚਾਰ ਧਾਮ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਬਦਰੀਨਾਥ, ਜਿਸ ਦੀ ਕਿ ਹਿੰਦੂ ਧਰਮ ਦੇ ਵਿੱਚ ਕਾਫੀ ਮਾਨਤਾ ਹੈ, ਅਤੇ ਦੂਸਰੇ ਪਾਸੇ ਹੇਮਕੁੰਡ ਸਾਹਿਬ ਦੀ ਸਿੱਖਾਂ ਦੇ ਵਿੱਚ ਕਾਫੀ ਮਾਨਤਾ ਹੈ। ਹਰ ਸਾਲ ਲੱਖਾਂ ਹੀ ਸ਼ਰਧਾਲੂ ਇਹਨਾਂ ਦੋਨੋਂ ਧਾਮਾਂ 'ਤੇ ਜਾਂਦੇ ਨੇ, ਜਾ ਕੇ ਨਤਮਸਤਕ ਹੁੰਦੇ ਨੇ। ਤਾਂ ਅਜਿਹੇ 'ਚ ਹੁਣ ਜਦ ਇਸ ਤਰ੍ਹਾਂ ਜੋਸ਼ੀ ਮੱਠ ਢਹਿ ਰਿਹਾ ਹੈ, ਤਾਂ ਇੱਕ ਪਾਸੇ ਲੋਕਾਂ ਦੇ ਘਰ ਢਹਿ ਰਹੇ ਨੇ ਅਤੇ ਦੂਸਰੇ ਪਾਸੇ ਆਸਥਾ ਦੇ ਇਹ ਦੋ ਵੱਡੇ ਜੋ ਕੇਂਦਰ ਨੇ, ਉੱਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਹੁਣ ਚਿੰਤਾ ਹੋ ਰਹੀ ਹੈ, ਕਿਉਂਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਜ਼ਮੀਨ 'ਤੇ ਪਹਾੜ ਧਸ ਰਹੇ ਨੇ। ਜੋਸ਼ੀ ਮੱਠ ਦੇ ਜੋ ਦੱਸਿਆ ਜਾ ਰਿਹਾ ਹੈ ਕਿ 550 ਤੋਂ ਵੀ ਵੱਧ ਘਰ ਅਜਿਹੇ ਨੇ ਜਿੱਥੇ ਤਰੇੜਾਂ ਆ ਚੁੱਕੀਆਂ ਨੇ। ਲੋਕਾਂ ਦੇ ਘਰਾਂ ਦੇ ਵਿੱਚ ਵੱਡੀਆਂ ਤਰੇੜਾਂ ਦੇਖੀਆਂ ਜਾ ਰਹੀਆਂ ਨੇ, ਸੜਕ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ, ਸੜਕਾਂ 'ਚੋਂ ਪਾਣੀ ਵਹਿ ਰਿਹਾ ਹੈ, ਅਤੇ ਇਸ ਦੇ ਨਾਲ ਹੁਣ ਚਿੰਤਾ ਬਹੁਤ ਵੱਧ ਚੁੱਕੀ ਹੈ। ਡਰ ਜਤਾਇਆ ਜਾ ਰਿਹਾ ਹੈ ਕਿ ਜੋਸ਼ੀ ਮੱਠ ਢਹਿ ਜਾਏਗਾ ਜੇਕਰ ਹੁਣ ਵੀ ਇਸ ਸੰਬੰਧੀ ਕੋਈ ਕੰਮ ਨਾ ਕੀਤਾ ਗਿਆ। ਮਿਸ਼ਰਾ ਰਿਪੋਰਟ ਇੱਕ ਦੱਸੀ ਜਾਂਦੀ ਹੈ, ਮਿਸ਼ਰਾ ਰਿਪੋਰਟ ਹੈ, ਉਸ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ, ਕਿਉਂਕਿ 1976 ਦੀ ਮਿਸ਼ਰਾ ਰਿਪੋਰਟ ਸੀ ਜਦੋਂ ਉਦੋਂ ਵੀ ਇਸ ਤਰ੍ਹਾਂ ਹੀ ਮਿੱਟੀ ਦੇ ਖਿਸਕਣ ਦੀਆਂ ਜੋ ਘਟਨਾਵਾਂ ਸਾਹਮਣੇ ਆਈਆਂ, ਉਸ ਤੋਂ ਬਾਅਦ ਇੱਕ ਮਿਸ਼ਰਾ ਕਮੇਟੀ ਬਣਾਈ ਗਈ। ਇਸ ਕਮੇਟੀ ਦੀ ਰਿਪੋਰਟ ਕਹਿੰਦੀ ਹੈ ਕਿ ਜੋਸ਼ੀ ਮੱਠ ਦੇ ਜੰਗਲਾਂ ਨੂੰ ਕਈ ਏਜੰਸੀਆਂ ਨੇ ਤਬਾਹ ਕਰ ਦਿੱਤਾ ਹੈ, ਪਥਰੀਲੀ ਢਲਾਣ ਹੈ ਅਤੇ ਖਾਲੀ ਅਤੇ ਬਿਨਾਂ ਹੁਣ ਦਰੱਖਤਾਂ ਦੇ ਇਹ ਢਲਾਣ ਰਹਿ ਚੁੱਕੀ ਹੈ। ਕਰੀਬ 6000 ਮੀਟਰ ਦੀ ਉਚਾਈ 'ਤੇ ਹੈ ਜੋਸ਼ੀ ਮੱਠ, ਪਰ ਜੋ ਇੱਥੇ ਦੇ ਦਰੱਖਤ ਨੇ ਉਹ 8000 ਫੁੱਟ ਪਿੱਛੇ ਤੱਕ ਪਹੁੰਚ ਚੁੱਕੇ ਨੇ, ਮਤਲਬ 8000 ਫੁੱਟ ਪਿੱਛੇ ਤੱਕ ਦਰੱਖਤਾਂ ਨੂੰ ਕੱਟ ਦਿੱਤਾ ਗਿਆ, ਇੰਨੇ ਜ਼ਿਆਦਾ ਦਰੱਖਤ ਕੱਟੇ ਗਏ ਨੇ। ਇੱਕ ਪਾਸੇ ਦਰੱਖਤ ਘੱਟ ਰਹੇ, ਦੂਸਰੇ ਪਾਸੇ ਉੱਥੇ ਵੱਡੀਆਂ ਹੁਣ ਬਿਲਡਿੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿ ਹੁਣ ਉੱਥੇ ਦਾ ਜੋ ਸੰਤੁਲਨ ਹੈ ਉਹ ਵਿਗੜ ਰਿਹਾ ਅਤੇ ਢਹਿ ਰਿਹਾ ਹੈ ਜੋਸ਼ੀ ਮੱਠ। ਜੋਸ਼ੀ ਮੱਠ ਅਸਲ ਦੇ ਵਿੱਚ ਮੋਰੇਨ 'ਤੇ ਵਸਿਆ ਹੋਇਆ ਹੈ, ਤਾਂ ਵਕਤ ਦੇ ਨਾਲ ਖਿਸਕਣਾ ਤਾਂ ਇਸਦਾ ਤੈਅ ਹੈ, ਪਰ ਮਾਹਰ ਮੰਨਦੇ ਨੇ ਕਿ ਇਹ ਜੋ ਇੰਨੀ ਜਲਦੀ ਜੋਸ਼ੀ ਮੱਠ ਢਹਿ ਰਿਹਾ, ਇਸ ਦਾ ਕਾਰਨ ਕਿਤੇ ਨਾ ਕਿਤੇ ਸੰਭਾਲਣਾ ਕਰਨਾ ਅਤੇ ਵੱਡੀ ਗਿਣਤੀ ਦੇ ਵਿੱਚ ਭਾਰੀ ਨਿਰਮਾਣ ਕਰਨਾ ਹੈ। ਦੂਸਰਾ, ਇਸ ਸੰਬੰਧੀ ਇੱਕ 16 ਕਿਲੋਮੀਟਰ ਲੰਬੀ ਸੁਰੰਗ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ। 2021 'ਚ ਇੱਕ ਯੋਜਨਾ ਦੇ ਤਹਿਤ ਸੁਰੰਗ ਬਣਾਈ ਜਾਂਦੀ ਹੈ, ਤਾਂ ਇਹ ਪ੍ਰੋਜੈਕਟ ਦੀ ਜੋ ਸੁਰੰਗ ਹੁੰਦੀ ਹੈ, 16 ਕਿਲੋਮੀਟਰ ਲੰਬੀ ਸੁਰੰਗ ਹੁੰਦੀ ਹੈ, ਜੋਸ਼ੀ ਮੱਠ ਦੇ ਨੀਚੇ ਤੋਂ ਗੁਜ਼ਰਦੀ ਹੈ। ਹੁਣ ਮੰਨਣਾ ਹੈ ਕਿ ਇਹ ਸੁਰੰਗ ਜੋ ਬੰਦ ਹੋ ਚੁੱਕੀ ਹੈ, ਉਸ 'ਚ ਗੈਸ ਬਣ ਰਹੀ ਹੈ, ਉਸੇ ਗੈਸ ਦੇ ਕਾਰਨ ਜੋ ਦਬਾਅ ਬਣ ਰਿਹਾ, ਉਸ ਕਾਰਨ ਜ਼ਮੀਨ ਧਸ ਰਹੀ ਹੈ। ਤਾਂ ਅਜਿਹੇ 'ਚ ਹੁਣ ਵੱਖ ਵੱਖ ਮਤ ਸਾਹਮਣੇ ਆ ਰਹੇ ਨੇ, ਵੱਖ ਵੱਖ ਧਾਰਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਆਖਿਰਕਾਰ ਅਜਿਹਾ ਕਿਉਂ ਹੋ ਰਿਹਾ ਹੈ, ਕੀ ਕਾਰਨ ਹੈ ਕਿ ਜੋਸ਼ੀ ਮੱਠ ਹੁਣ ਇਸ ਤਰ੍ਹਾਂ ਢਹਿ ਰਿਹਾ। ਤਾਂ ਵੱਡੀ ਚਿੰਤਾ ਬਣ ਚੁੱਕੀ ਹੈ, ਕਈ ਮਕਾਨਾਂ ਦੇ ਵਿੱਚ ਹੁਣ ਤਰੇੜਾਂ ਆ ਚੁੱਕੀਆਂ ਨੇ। ਹਾਲਾਂਕਿ ਇਸ ਦੌਰਾਨ ਕਈ ਸਾਰੇ ਜਦ ਲੋਕਾਂ ਦਾ ਨੁਕਸਾਨ ਹੋਇਆ, ਤਸਵੀਰਾਂ ਡਰਾਉਣ ਵਾਲੀਆਂ ਸਾਹਮਣੇ ਆਈਆਂ ਨੇ, ਤਾਂ ਹੁਣ ਰਾਜ ਸਰਕਾਰ ਦੇ ਵੱਲੋਂ ਵੀ 2000 ਦੇ ਕਰੀਬ ਪ੍ਰੀ ਫੈਬਰੀਕੇਟਡ ਹਾਊਸ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚ ਕਿ ਹੁਣ ਜੋ ਲੋਕ ਘਰ ਛੱਡਣਗੇ ਉਹਨਾਂ ਨੂੰ ਰੱਖਿਆ ਜਾਏਗਾ, ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਏਗਾ। ਤਾਂ ਅਜਿਹੇ 'ਚ ਹੁਣ ਵੱਡੀ ਚਿੰਤਾ ਬਣ ਚੁੱਕੀ ਹੈ ਜੋਸ਼ੀ ਮੱਠ 'ਚ ਰਹਿਣ ਵਾਲੇ ਲੋਕਾਂ ਦੇ ਲਈ ਕਿ ਆਖਿਰਕਾਰ ਹੁਣ ਜੋਸ਼ੀ ਮੱਠ ਢਹਿ ਜਾਏਗਾ, ਵੱਡਾ ਸਵਾਲ ਹੈ।